ਬੇਤਹਾਸ਼ਾ ਖਾ ਕੇ ਮੌਜਾਂ ਲੁੱਟੀ ਜਾਂਦੇ ਨੇ, ਢਿੱਡ ਵਧਾ ਕੇ ਦੰਦਾਂ ਦੇ ਨਾਲ ਕਬਰਾਂ ਪੁੱਟੀ ਜਾਂਦੇ ਨੇ। ਸੋ ਬਹੁਤ ਸਾਰੇ ਲੋਕ ਚਾਹੁੰਦੇ ਹੁੰਦੇ ਨੇ ਅਸੀਂ ਸੋਹਣਾ ਤਾਂ ਦਿਖੀਏ, ਜੋ ਵੀ ਅਸੀਂ ਪਾਇਆ ਹੋਏ ਉਹ ਸਾਡੇ 'ਤੇ ਜੱਚਦਾ ਹੋਣਾ ਚਾਹੀਦਾ, ਪਰ ਜੱਚਦਾ ਤਾਂ ਹੀ ਹੁੰਦਾ ਜੇ ਅਸੀਂ ਆਪਣੇ ਡਾਇਟ ਪਲਾਨ ਨੂੰ ਸਹੀ ਰੱਖਾਂਗੇ। ਅਤੇ ਡਾਇਟ ਪਲਾਨ ਨੂੰ ਸਹੀ ਰੱਖਣ ਲਈ ਸਾਨੂੰ ਕੀ ਕੁਛ ਕਰਨਾ ਪਏਗਾ, ਉਹਦੇ ਬਾਰੇ ਅਸੀਂ ਅੱਜ ਗੱਲਬਾਤ ਕਰਨੀ ਹੈ। ਸੋ ਮੈਂ ਸੁਖਦੀਪ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਡਾਇਟ ਐਂਡ ਫਿੱਟ, ਅਤੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਨ ਦੇ ਲਈ, ਸਲਿਊਸ਼ਨ ਦੇਣ ਦੇ ਲਈ ਮੌਜੂਦ ਨੇ MD ਸਤਵਿੰਦਰ ਸਿੰਘ। ਸਰ, ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ। ਜੀ, ਲੋਕ ਜਿਹੜੇ ਨੇ ਪਰੇਸ਼ਾਨ ਹੁੰਦੇ ਨੇ, ਫਿਰ ਉਹਨਾਂ ਨੂੰ ਸਮਝ ਹੀ ਨਹੀਂ ਆਉਂਦਾ ਕਿ ਕੀ ਖਾਣ ਜਾਂ ਕਿਹੜੀ ਐਕਸਰਸਾਈਜ਼ ਕਰਨ। ਸੋ ਕੀ ਕਹਿਣਾ ਚਾਹੋਗੇ? ਦੇਖੋ ਜੀ, ਮੋਟਾਪੇ ਦੀ ਗ੍ਰਿਫਤ ਵਿੱਚ ਬਹੁਤ ਸਾਰੇ ਲੋਕ ਹੈਗੇ ਆ, ਅਤੇ ਪਰੇਸ਼ਾਨੀ ਦਾ ਜੋ ਅੱਜ ਤੋਂ ਸਭ ਤੋਂ ਵੱਡਾ ਕਾਰਨ ਮੈਂ ਸਮਝਦਾ ਹੈਗਾ, ਜਦੋਂ ਅਸੀਂ ਮੋਬਾਈਲ ਖੋਲਦੇ ਆ ਨਾ, ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਫਾਰਮੂਲੇਸ਼ਨ ਮਿਲ ਜਾਂਦੇ ਆ। ਸਾਰੇ ਭਾਰ ਘਟਾਈ ਜਾਂਦੇ ਹੈਗੇ, ਕੋਈ ਕਹਿੰਦੇ ਜੀਰੇ ਦਾ ਪਾਣੀ ਪੀਓ, ਕੋਈ ਕਹਿੰਦੇ ਸੌਂਫ ਦਾ ਪਾਣੀ ਪੀਓ, ਕੋਈ ਕਹਿੰਦੇ ਮੇਥੀ ਦਾ ਪਾਣੀ ਪੀਓ, ਜਾਂ ਕੋਈ ਆਪਣੇ ਪੇਟ ਨੂੰ ਘਟਾਉਣ ਵਾਸਤੇ ਕਹਿੰਦੇ ਆਹ ਚੂਰਨ ਖਾ ਲਓ, ਆਹ ਐਕਸਰਸਾਈਜ਼ ਕਰ ਲਓ। ਉਹ ਪਹਿਲਾਂ ਪਹਿਲਾਂ ਲੋਕ ਬੜੇ ਖੁਸ਼ ਹੁੰਦੇ, ਉਹਨੂੰ ਅਡੋਪਟ ਜਦੋਂ ਕਰਦੇ ਆ ਨਾ, ਅਸੀਂ ਵੀ ਪਤਲੇ ਹੋ ਜਾਣਾ, ਸਾਡਾ ਵੀ ਪੇਟ ਘੱਟ ਜਾਣਾ ਹੈਗਾ। ਉਹ ਜਦੋਂ ਇੱਕ ਹਫ਼ਤਾ ਗਿਆ, ਦੋ ਹਫ਼ਤੇ ਗਿਆ, ਇੱਕ ਮਹੀਨਾ, ਜਦੋਂ ਕੋਈ ਫਰਕ ਨਹੀਂ ਪੈਂਦਾ ਨਾ, ਤਾਂ ਫਿਰ ਉਹਨਾਂ ਦਾ ਵਿਸ਼ਵਾਸ ਟੁੱਟ ਜਾਂਦਾ ਹੈਗਾ। ਲੋਕ ਉਹਨਾਂ ਦਾ ਵਿਸ਼ਵਾਸ ਤੋੜੀ ਜਾਂਦੇ, ਅਸੀਂ ਵਿਸ਼ਵਾਸ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਜੋ ਲੋਕ ਸਾਡੇ 'ਤੇ ਵਿਸ਼ਵਾਸ ਕਰਦੇ ਆ, ਤਾਂ ਅਸੀਂ ਉਹਨਾਂ ਦੇ ਵਿਸ਼ਵਾਸ 'ਤੇ ਖਰੇ ਉਤਰਦੇ ਹਾਂ। ਅਸੀਂ ਕੀ ਕਰਦੇ ਹੈਗੇ ਹਾਂ, ਅਸੀਂ ਜੋ ਉਹਨਾਂ ਨੂੰ ਪ੍ਰੋਗਰਾਮ ਦਿੰਦੇ ਹਾਂ ਆਪਣਾ, ਇੱਕ ਮੈਡੀਸਨ ਨਹੀਂ ਦਿੰਦੇ ਹੈਗੇ, ਇੱਕ ਕੰਸੈਪਟ ਹੈਗਾ ਆ। ਅਸੀਂ ਡਾਇਟ ਪਲਾਨ ਵੀ ਦਿੰਦੇ ਹਾਂ, ਅਸੀਂ ਪ੍ਰੋਡਕਟ ਵੀ ਦਿੰਦੇ ਹੈਗੇ ਹਾਂ, ਫੂਡ ਸਪਲੀਮੈਂਟ ਵੀ ਦਿੰਦੇ ਹੈਗੇ ਹਾਂ, ਜਿਹਦੇ ਨਾਲ ਮੈਟਾਬੋਲਿਕ ਰੇਟ ਫਾਸਟ ਹੁੰਦਾ ਹੈਗਾ। ਜਦੋਂ ਮੈਟਾਬੋਲਿਕ ਰੇਟ ਫਾਸਟ ਹੁੰਦਾ ਹੈਗਾ, ਜੋ ਉਹਨਾਂ ਦੀ ਫੈਟ ਹੈਗੀ ਆ, ਉਹ ਬੋਡੀ ਦੀ ਐਨਰਜੀ ਵਿੱਚ ਕਨਵਰਟ ਹੋ ਜਾਂਦੀ ਹੈਗੀ ਆ। ਉਹਨਾਂ ਨੂੰ ਖੁਦ ਹੀ ਨਹੀਂ ਪਤਾ ਲੱਗਦਾ ਵੀ ਅਸੀਂ ਕਿੱਦਾਂ ਪਤਲੇ ਹੋ ਗਏ ਹਾਂ। ਡਾਇਟ ਪਲਾਨ ਦੇ ਵਿੱਚ ਸਾਨੂੰ ਕੀ ਖਾਣਾ ਚਾਹੀਦਾ ਹੈਗਾ, ਕਿੰਨਾ ਸਾਨੂੰ ਫਾਈਬਰ ਲੈਣਾ ਚਾਹੀਦਾ ਹੈਗਾ, ਵਾਈਟਮਨ ਮਿਨਰਲਸ ਜਿਹੜੇ ਹੈਗੇ ਅਸੀਂ ਆਪਣੇ ਫੂਡ ਸਪਲੀਮੈਂਟ ਨਾਲ ਪੂਰੇ ਕਰਦੇ ਨੇ, ਇੱਕ ਪ੍ਰੋਪਰ ਕੰਸੈਪਟ ਹੈਗਾ ਆ। ਜੋ ਲੋਕ ਇੱਕ ਵਾਰ ਆਪਣੇ ਜਿੱਦਾਂ ਵੀ ਹੈਗਾ ਟ੍ਰੀਟਮੈਂਟ ਲੈ ਚੁੱਕੇ, ਕਿਤੋਂ ਵੀ ਉਹਨਾਂ ਦਾ ਵਿਸ਼ਵਾਸ ਨਹੀਂ ਬਣਦਾ, ਅਸੀਂ ਕਹਿੰਦੇ ਸਿਰਫ ਇੱਕ ਵਾਰ ਸਾਡੇ 'ਤੇ ਵਿਸ਼ਵਾਸ ਕਰਕੇ ਦੇਖਣ, ਅਸੀਂ ਤੁਹਾਨੂੰ ਦੇਵਾਂਗੇ ਜਿਹੜਾ ਬੈਸਟ ਸਲਿਊਸ਼ਨ, ਔਰ ਭਾਰ ਵੀ ਤੁਹਾਡਾ 3 ਦਿਨਾਂ ਦੇ ਵਿੱਚ ਘਟਣਾ ਸ਼ੁਰੂ ਹੋ ਜਾਏਗਾ ਜੀ। ਸੋ ਜਦੋਂ ਤੁਹਾਡੇ ਸਪਲੀਮੈਂਟਸ ਕੋਈ ਖਾਏਗਾ, ਤਾਂ ਉਹ ਆਪਣੇ ਫਿੱਟ ਹੋਣ ਦੇ ਵਿੱਚ ਕਿੰਨਾ ਕੁ ਟਾਈਮ ਲਏਗਾ? ਮਤਲਬ ਤੁਹਾਡੀ ਜਿਹੜੀ ਸਪਲੀਮੈਂਟਸ ਨੇ, ਤੁਹਾਡੀ ਜਿਹੜੀ ਡਾਇਟ ਹੈ ਜਾਂ ਫਿਰ ਜੋ ਵੀ ਪਲਾਨ ਤੁਸੀਂ ਦਿੰਦੇ ਹੋ, ਉਹ ਕਿੰਨਾ ਕੁ ਟਾਈਮ ਲੈਂਦਾ ਕਿ ਬੰਦੇ ਨੂੰ ਸੱਚਮੁੱਚ ਵਿਸ਼ਵਾਸ ਹੋ ਜਾਵੇ? ਜਦੋਂ ਕੋਈ ਸਾਨੂੰ ਅਪਰੋਚ ਕਰਦਾ ਹੈ ਨਾ, ਸਭ ਤੋਂ ਪਹਿਲਾਂ ਤਾਂ ਅਸੀਂ ਪੁੱਛੀਦਾ ਵੀ ਤੁਹਾਡੀ ਹਾਈਟ ਕਿੰਨੀ ਆ, ਤੁਹਾਡਾ ਵੇਟ ਕਿੰਨਾ ਆ, ਤੁਹਾਡੀ ਉਮਰ ਕਿੰਨੀ ਆ। ਉਹਦੇ ਹਿਸਾਬ ਨਾਲ ਸਾਨੂੰ ਪਤਾ ਲੱਗ ਜਾਂਦਾ ਵੀ ਤੁਹਾਡਾ ਭਾਰ ਕਿੰਨਾ ਆ। ਜਿਹੜੇ ਤਾਂ ਹੁੰਦੇ ਓਵਰ ਵੇਟ, ਉਹਨਾਂ ਦਾ ਜਿਹੜਾ ਭਾਰ ਹੈਗਾ ਜਲਦੀ ਘੱਟ ਜਾਂਦਾ ਹੈਗਾ, ਜਿਹਨਾਂ ਦਾ ਭਾਰ ਥੋੜ੍ਹਾ ਘੱਟ ਹੁੰਦਾ ਹੈਗਾ ਉਹਨਾਂ ਨਾਲੋਂ, ਵੀ ਮੰਨ ਲਓ ਵੀ ਜੇ ਤੁਹਾਡੀ ਕੱਦ ਜਿਹੜਾ ਹੈਗਾ 5 ਫੁੱਟ 4 ਇੰਚ ਆ, ਤੁਹਾਡਾ ਭਾਰ 65 ਕਿਲੋ ਆ, 5 ਕਿਲੋ ਜ਼ਿਆਦਾ ਹੈਗਾ, ਉਹ ਥੋੜ੍ਹਾ ਹੌਲੀ ਹੌਲੀ ਘੱਟਦਾ ਹੈ, ਨਾਲ ਪੇਟ ਵੀ ਘਟਣਾ ਹੁੰਦਾ ਹੈਗਾ। ਅਸੀਂ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਟ੍ਰੀਟਮੈਂਟ ਦਿੰਦੇ। ਜੋ ਵੀ ਸਾਡੇ ਕੋਲ ਟ੍ਰੀਟਮੈਂਟ ਲੈਂਦਾ ਹੈਗਾ, ਸਿਰਫ 3 ਦਿਨਾਂ ਦੇ ਵਿੱਚ ਹੀ ਮੈਡੀਸਨ ਦਾ ਅਸਰ ਪਤਾ ਲੱਗ ਜਾਂਦਾ ਹੈਗਾ। ਅਸੀਂ ਕਹਿੰਦੇ 3 ਦਿਨਾਂ ਬਾਅਦ ਤੁਸੀਂ ਵੇਇੰਗ ਸਕੇਲ 'ਤੇ ਦੇਖੋ ਤੁਹਾਡਾ ਭਾਰ ਕਿੰਨਾ ਘੱਟ ਰਿਹਾ ਹੈਗਾ, ਜਾਂ ਤੁਹਾਡੇ ਇੰਚਸ ਕਿੰਨੇ ਜਾ ਰਹੇ ਹੈਗੇ ਆ। ਇਸ ਕਰਕੇ ਇਹ ਨਹੀਂ ਹੈਗਾ ਵੀ ਤੁਹਾਨੂੰ ਹਫ਼ਤਿਆਂ ਬਾਅਦ ਜਾਂ ਮਹੀਨਿਆਂ ਬਾਅਦ ਪਤਾ ਲੱਗਣਾ ਹੈਗਾ, ਸਿਰਫ 3 ਦਿਨ ਦੇ ਸਾਨੂੰ ਟਾਈਮ ਦਿਓ, ਤੁਹਾਨੂੰ 3 ਦਿਨ ਦੇ ਵਿੱਚ ਹੀ ਰਿਜ਼ਲਟ ਦੇਵਾਂਗੇ ਜੀ। ਸੋ ਲੋਕਾਂ ਨੂੰ ਪਤਾ ਨਹੀਂ ਲੱਗਦਾ, ਭਾਰ ਵੱਧ ਜਾਂਦਾ, ਉਹਨਾਂ ਨੂੰ ਸਮਝ ਨਹੀਂ ਆਉਂਦੀ ਕੁਛ ਖਾਣ ਨਾਲ ਵੱਧ ਰਿਹਾ ਜਾਂ ਅਸੀਂ ਕਿਹੋ ਜਿਹਾ ਸਾਡਾ ਡਾਇਟ ਪਲਾਨ ਹੈ ਉਹਦੇ ਵਿੱਚ ਕੁਛ ਗਲਤੀਆਂ ਕਰ ਰਹੇ ਹਾਂ, ਸੋ ਭਾਰ ਵੱਧ ਆ। ਸੋ ਕਿਹੜੇ ਕਾਰਨ ਤੁਸੀਂ ਸਮਝਦੇ ਹੋ ਕਿ ਜਿਹਦੇ ਨਾਲ ਭਾਰ ਵੱਧਦਾ ਹੈਗਾ, ਮੋਟਾਪਾ ਜਿਹਨੂੰ ਅਸੀਂ ਕਹਿੰਦੇ ਹਾਂ? ਅੱਜ ਕੱਲ੍ਹ ਲੋਕ ਬੜੇ ਕੌਨਸ਼ੀਅਸ ਹੈਗੇ ਆ, ਕਹਿੰਦੇ ਅਸੀਂ ਬੜੀ ਡਾਇਟਿੰਗ ਕਰਦੇ ਹੈਗੇ ਹਾਂ, ਅਸੀਂ ਬੜਾ ਨਾਪ ਤੋਲ ਕੇ ਖਾਂਦੇ ਹੈਗੇ ਹਾਂ। ਉਹ ਮੰਨਦੇ ਨਹੀਂ ਵੀ ਸਾਡੇ ਵਿੱਚ ਵੀ ਕੋਈ ਗਲਤੀ ਹੋ ਸਕਦੀ ਆ, ਕੋਈ ਹਰ ਇੱਕ ਨੂੰ ਲੱਗਦਾ ਵੀ ਮੈਂ ਜੋ ਕਰ ਰਿਹਾ ਉਹ ਸਹੀ ਹੈਗਾ ਆ। ਫਿਰ ਜਦੋਂ ਅਸੀਂ ਪੁੱਛਦੇ ਵੀ ਤੁਹਾਡੀ ਡਾਇਟ ਵਿੱਚ ਤੁਸੀਂ ਕੀ ਲੈਂਦੇ ਹੈਗੇ ਆ, ਸਾਡੀ ਜਿਹੜੀ ਇੰਡੀਅਨ ਡਾਇਟ ਹੈਗੀ ਆ ਇਹਦੇ ਵਿੱਚ ਪ੍ਰੋਟੀਨ ਦੀ ਘਾਟ ਹੈਗੀ ਆ। ਜਦੋਂ ਅਸੀਂ ਅਕੋਰਡਿੰਗ ਟੂ ਵੇਟ ਪ੍ਰੋਟੀਨ ਨਹੀਂ ਖਾਂਦੇ, ਤੁਹਾਡਾ ਮੰਨ ਲਓ ਭਾਰ 60 ਕਿਲੋ ਆ, ਤੁਹਾਨੂੰ 60 ਗ੍ਰਾਮ ਹਰ ਰੋਜ਼ ਪ੍ਰੋਟੀਨ ਖਾਣਾ ਪੈਣਾ। ਜਿਹੜਾ ਪ੍ਰੋਟੀਨ ਹੈਗਾ ਉਹ ਵੇਟ ਮੈਨੇਜਮੈਂਟ ਦਾ ਕੰਮ ਕਰਦਾ ਹੈਗਾ, ਪ੍ਰੋਟੀਨ ਸਾਡੇ ਅੰਦਰ ਸਟੋਰ ਨਹੀਂ ਹੁੰਦਾ, ਅੱਜ ਦੀ ਘਾਟ ਅੱਜ ਹੀ ਪੂਰੀ ਕਰਨੀ ਪੈਣੀ ਹੈਗੀ ਆ।
ਜਦੋਂ ਅਸੀਂ ਪ੍ਰੋਟੀਨ ਘੱਟ ਲਵਾਂਗੇ ਤਾਂ ਜਿਹੜਾ ਹੈਗਾ ਕਾਰਬੋਹਾਈਡਰੇਟਸ, ਜਿਹੜੇ ਕਾਰਬਸ ਜ਼ਿਆਦਾ ਇਨਟੇਕ ਹੋਣਗੇ, ਜਿਹਦੇ ਕਰਕੇ ਫੈਟ ਵਧੇਗੀ। ਬਿਲਕੁਲ। ਦੂਜਾ, ਅਸੀਂ ਪਾਣੀ ਕਿੰਨਾ ਪੀਂਦੇ ਹੈਗੇ ਹਾਂ ਇਹ ਸਾਨੂੰ ਪਤਾ ਹੀ ਨਹੀਂ ਹੁੰਦਾ। ਹਰ 25 ਕਿਲੋ ਪਿੱਛੇ 1 ਲੀਟਰ ਪਾਣੀ ਪੀਣਾ ਹੁੰਦਾ, ਯਾਨੀ ਕਿ ਲਿਕੁਇਡ ਸਾਡੇ ਅੰਦਰ ਇੰਨਾ ਜਾਣਾ ਚਾਹੀਦਾ ਹੈਗਾ, ਫਿਰ ਜਾ ਕੇ ਬੰਦਾ ਜਿਹੜਾ ਪਤਲਾ ਹੋ ਸਕਦਾ ਹੈਗਾ। ਸੋ ਸੁਖਦੀਪ ਜੀ, ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਸਾਨੂੰ 70% ਨਿਊਟ੍ਰੀਸ਼ਨ ਦੀ ਲੋੜ ਹੁੰਦੀ ਹੈ, 30% ਜਿਹੜੇ ਹੈਗਾ ਸਾਨੂੰ ਬੋਡੀ ਨੂੰ ਮੂਵਮੈਂਟ ਚਾਹੀਦੀ ਹੁੰਦੀ ਹੈਗੀ ਆ। ਉਹ ਕੀ ਕਰਨਾ ਚਾਹੀਦਾ ਹੈਗਾ, ਜੇ ਤੁਹਾਨੂੰ ਸਮਝ ਨਹੀਂ ਲੱਗਦੀ ਹੈਗੀ ਸਾਨੂੰ ਕਾਲ ਕਰੋ, ਅਸੀਂ ਤੁਹਾਨੂੰ ਦੱਸਾਂਗੇ ਤੁਹਾਨੂੰ ਕੀ ਕਰਨਾ ਚਾਹੀਦਾ ਹੈਗਾ। ਹਰ ਇੱਕ ਬੰਦੇ ਦੀ ਆਪਣੀ ਹੁੰਦੀ ਹੈਗੀ ਆ ਜਿਹੜੀ ਫਿਜੀਕ, ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਅਸੀਂ ਡਾਇਟ ਪਲਾਨ ਦਿੰਦੇ ਹੈਗੇ, ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਅਸੀਂ ਟ੍ਰੀਟਮੈਂਟ ਦਿੰਦੇ ਹੈਗੇ ਹਾਂ। ਇਸ ਕਰਕੇ ਜਿਹਨਾਂ ਨੂੰ ਲੱਗਦਾ ਵੀ ਮੇਰਾ ਭਾਰ ਨਹੀਂ ਘੱਟ ਰਿਹਾ, ਮੈਂ ਸਾਰੀਆਂ ਕੋਸ਼ਿਸ਼ਾਂ ਕਰ ਲਈਆਂ ਹੈਗੀਆਂ, ਤਾਂ ਇੱਕ ਵਾਰ ਜ਼ਰੂਰ ਸੰਪਰਕ ਕਰਨ। ਜੀ, ਜਦੋਂ ਭਾਰ ਵੱਧ ਜਾਂਦਾ ਨਾ ਫਿਰ ਅਸੀਂ ਬਹੁਤ ਸਾਰੇ ਤਰੀਕੇ ਲੱਭਦੇ ਹਾਂ, ਬਹੁਤ ਸਾਰੇ ਸੋਲਿਊਸ਼ਨ ਲੱਭਦੇ ਹਾਂ, ਸੋਲਿਊਸ਼ਨ ਨਹੀਂ ਮਿਲਦਾ ਫਿਰ ਅਸੀਂ ਟੈਨਸ਼ਨ ਦੇ ਵਿੱਚ ਪੈ ਜਾਂਦੇ ਹਾਂ। ਜਦੋਂ ਟੈਨਸ਼ਨ ਦੇ ਵਿੱਚ ਪੈ ਜਾਂਦੇ ਹਾਂ, ਬਹੁਤ ਸਾਰੇ ਇੱਧਰੋਂ ਉੱਧਰੋਂ ਸਪਲੀਮੈਂਟਸ ਖਾਂਦੇ ਹਾਂ, ਉਹਨਾਂ ਦਾ ਅਸਰ ਸਾਡੇ 'ਤੇ ਹੁੰਦਾ, ਭਾਰ ਘੱਟ ਵੀ ਜਾਂਦਾ। ਸੋ ਜਦੋਂ ਅਸੀਂ ਉਹਨਾਂ ਨੂੰ ਛੱਡ ਦਿੰਦੇ ਹਾਂ ਫਿਰ ਭਾਰ ਵੱਧ ਜਾਂਦਾ। ਕਿ ਤੁਹਾਡੇ ਸਪਲੀਮੈਂਟਸ ਵੀ ਇਵੇਂ ਨੇ ਜਾਂ ਕੁਛ ਹੋਰ ਫਾਇਦਾ ਹੈਗਾ ਇਹਨਾਂ ਤੋਂ? ਦੇਖੋ, ਅਸੀਂ ਜਿਸ ਤਰ੍ਹਾਂ ਪਹਿਲਾਂ ਦੱਸਿਆ ਵੀ ਅਸੀਂ ਇੱਕ ਕੰਸੈਪਟ ਦਿੰਦੇ ਹੈਗੇ ਹਾਂ, ਅਸੀਂ ਇਹ ਨਹੀਂ ਵੀ ਤੁਸੀਂ ਪ੍ਰੋਡਕਟ ਖਾਓ ਤਾਂ ਤੁਹਾਡੀ ਜਿਹੜੀ ਫੈਟ ਆ ਫਲੱਸ਼ ਆਊਟ ਹੋ ਜੂਗੀ, ਤੁਸੀਂ ਰਾਤੋਂ ਰਾਤ ਪਤਲੇ ਹੋ ਜਾਓਗੇ। ਜੋ ਇੱਦਾਂ ਕਰਦੇ ਆ ਉਹਨਾਂ ਦਾ ਬਹੁਤ ਸਾਈਡ ਇਫੈਕਟ ਹੁੰਦਾ, ਉਹਨਾਂ ਦਾ ਭਾਰ ਫਿਰ ਵੱਧ ਜਾਂਦਾ ਹੈਗਾ। ਲੋਕ ਬਹੁਤ ਹਾਰਡ ਐਕਸਰਸਾਈਜ਼ ਕਰਕੇ ਕਈ ਵਾਰੀ ਆਪਣਾ ਜਿਹੜਾ ਭਾਰ ਘਟਾ ਲੈਂਦੇ ਹੈਗੇ, ਉਹਨਾਂ ਦਾ ਭਾਰ ਨਹੀਂ ਘਟਦਾ, ਉਹਨਾਂ ਦੇ ਮਸਲ ਲੋਸ ਹੋ ਜਾਂਦੇ ਜਦੋਂ ਛੱਡਦੇ ਆ, ਫਿਰ ਵੱਧ ਜਾਂਦਾ ਹੈਗਾ। ਕਈ ਲੋਕ ਸਾਨੂੰ ਅਪਰੋਚ ਕਰਦੇ ਦੱਸਦੇ ਆ ਵੀ ਅਸੀਂ ਸ਼ੇਕ ਪੀਤਾ, ਜਿੰਨਾ ਚਿਰ ਤਾਂ ਪੀਤਾ ਉਹਨਾਂ ਚਿਰ ਤਾਂ ਉਹ ਪਤਲੇ ਹੋ ਗਏ, ਜਦੋਂ ਛੱਡਦੇ ਆ ਫਿਰ ਉਹ ਮੋਟੇ ਹੋ ਜਾਂਦੇ ਹੈਗੇ। ਉਹ ਇੱਕ ਮੀਲ ਰਿਪਲੇਸਮੈਂਟ ਹੈਗਾ, ਉਹਦਾ ਮਤਲਬ ਤੁਹਾਨੂੰ ਉਹ ਜਿਹੜਾ ਮੀਲ ਸਾਰੀ ਉਮਰ ਲੈਣਾ ਪੈਣਾ, ਪਹਿਲੇ ਮੀਲ ਨੂੰ ਛੱਡ ਕੇ ਉਸ 'ਤੇ ਸਾਨੂੰ ਫੋਕਸ ਕਰਨਾ ਪੈਣਾ, ਉਹੀ ਤੁਹਾਨੂੰ ਖਾਣਾ ਪੈਣਾ। ਜਿੰਨਾ ਚਿਰ ਉਹ ਤੁਸੀਂ ਖਾਂਦੇ ਆ ਉਹਨਾਂ ਚਿਰ ਤੁਸੀਂ ਠੀਕ ਆ, ਜਦੋਂ ਛੱਡਦੇ ਆ ਫਿਰ ਮੋਟੇ ਹੋ ਜਾਂਦੇ। ਅਸੀਂ ਇਸ ਤਰ੍ਹਾਂ ਨਹੀਂ ਕਰਦੇ, ਜੋ ਅਸੀਂ ਪ੍ਰੋਡਕਟ ਦਿੰਦੇ ਉਹਦੇ ਨਾਲ ਫੈਟ ਸੈੱਲ ਘੱਟਦੇ ਹੈਗੇ ਆ। ਜਦੋਂ ਫੈਟ ਸੈੱਲ ਘੱਟਦੇ ਹੈਗੇ ਆ, ਤੁਹਾਡਾ ਮੈਟਾਬੋਲਿਕ ਰੇਟ ਜਿਹੜਾ ਹੈਗਾ ਉਹ ਸਹੀ ਹੋ ਜਾਂਦਾ, ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਹੋ ਜਾਂਦਾ ਹੈਗਾ, ਫਿਰ ਜੋ ਤੁਸੀਂ ਖਾਣਾ ਹੈਗਾ ਉਹ ਤੁਹਾਨੂੰ ਪਚੀ ਜਾਣਾ ਹੈਗਾ। ਫੈਟ ਕਿੱਥੋਂ ਬਣੇਗੀ? ਜਦੋਂ ਤੁਹਾਨੂੰ ਅਵੇਅਰਨੈਸ ਆ ਜੂਗੀ, ਤੁਹਾਨੂੰ ਪਤਾ ਲੱਗ ਜੂਗਾ ਵੀ ਮੈਨੂੰ ਕੀ ਕਰਨਾ ਚਾਹੀਦਾ ਹੈਗਾ, ਤਾਂ ਤੁਸੀਂ ਬਿਲਕੁਲ ਫਿੱਟ ਰਹਿ ਸਕਦੇ ਹੋ। ਭਾਰ ਜੇ ਘੱਟ ਸਕਦਾ ਆ ਤਾਂ ਉਹਨੂੰ ਅਸੀਂ ਸਟੇਬਲ ਵੀ ਕਰ ਸਕਦੇ ਹੈਗੇ ਹਾਂ। ਕਈ ਲੋਕ ਕਹਿੰਦੇ ਹੈਗੇ ਆ ਵੀ ਅਸੀਂ ਚਲੋ ਇੱਧਰ ਉੱਧਰ ਟ੍ਰੀਟਮੈਂਟ ਲਏ ਹੈਗੇ ਆ, ਉਹ ਸਾਡਾ ਕਈਆਂ ਦਾ ਪੇਟ ਘੱਟ ਜਾਂਦਾ ਹੈਗਾ, ਕਈਆਂ ਦਾ ਪੇਟ ਭਾਰ ਘੱਟ ਜਾਂਦਾ, ਕਈਆਂ ਦੀ ਸਕਿਨ ਜਿਹੜੀ ਹੈਗੀ ਉਹ ਖਰਾਬ ਹੋ ਜਾਂਦੀ ਆ। ਸਾਡੇ ਜਿਹੜਾ ਟ੍ਰੀਟਮੈਂਟ ਉਹਦੇ ਨਾਲ ਸਕਿਨ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ, ਜਿੱਦਾਂ ਜਿੱਦਾਂ ਪਤਲਾ ਬੰਦਾ ਹੋਈ ਜਾਂਦਾ ਉਦਾਂ ਉਦਾਂ ਸਕਿਨ ਵੀ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਆ। ਜੀ, ਸੋ ਜਦੋਂ ਭਾਰ ਵੱਧ ਜਾਂਦਾ ਹੈ ਸੋ ਇਹਦੇ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹੋਣਗੇ, ਸੋ ਕਿਹੜੀਆਂ ਕਿਹੜੀਆਂ ਨੁਕਸਾਨ ਜਾਂ ਕਿਹੜੀਆਂ ਕਿਹੜੀਆਂ ਪਰੇਸ਼ਾਨੀਆਂ ਜਿਹੜੀਆਂ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ? ਦੇਖੋ, ਅੱਜ ਕੱਲ੍ਹ ਮਾਡਰਨ ਜ਼ਮਾਨਾ ਹੈਗਾ, ਹਰ ਕੋਈ ਚਾਹੁੰਦਾ ਵੀ ਮੈਂ ਸੋਹਣਾ ਦਿਖਾ ਨਾ, ਤੇ ਸੋਹਣੇ ਸੋਹਣੇ ਕੱਪੜੇ ਪਾਉਣ ਨੂੰ ਵੀ ਦਿਲ ਕਰਦਾ ਹੈਗਾ। ਅਸੀਂ ਬਹੁਤ ਸਾਰੇ ਪੈਸੇ ਖਰਚ ਕੇ ਵਧੀਆ ਤੋਂ ਵਧੀਆ ਕੱਪੜੇ ਤੇ ਲਿਆ ਸਕਦੇ ਹਾਂ, ਪਰ ਜਦੋਂ ਪਾਉਂਦੇ ਬੇਢੰਗੇ ਲੱਗੂਗੇ ਅਸੀਂ ਤਾਂ ਫਿਰ ਚੰਗਾ ਨਹੀਂ ਆਊਗਾ, ਮਜ਼ਾ ਨਹੀਂ ਆਏਗਾ ਨਾ। ਇਸ ਕਰਕੇ ਇਹ ਸਭ ਤੋਂ ਵੱਡਾ ਡਰਾਬੈਕ ਹੈਗਾ ਵੀ ਅਸੀਂ ਆਪਣੇ ਮਨ 'ਚ ਇਹ ਕੱਪੜੇ ਨਹੀਂ ਪਾ ਸਕਦੇ। ਦੂਜਾ, ਕਈ ਵਾਰੀ ਕੀ ਹੁੰਦਾ ਵੀ ਤੁਸੀਂ ਬਹੁਤ ਪੜ੍ਹੇ ਲਿਖੇ ਹੈਗੇ ਆ, ਜੇ ਤੁਹਾਡੀ ਪੌੜੀ ਸਹੀ ਨਹੀਂ, ਤੁਸੀਂ ਮੋਟਾਪੇ ਦੇ ਸ਼ਿਕਾਰ ਹੋ, ਤਾਂ ਤੁਹਾਨੂੰ ਉਦੋਂ ਦਾ ਮੈਚ ਹੀ ਨਹੀਂ ਲੱਭਦਾ ਹੈਗਾ। ਅਤੇ ਜਦੋਂ ਇੱਦਾਂ ਮਿਸ ਮੈਚ ਤੁਹਾਡੀ ਜੋੜੀ ਬਣੇਗੀ ਤਾਂ ਉਹਦੇ ਨਾਲ ਕਈ ਵਾਰੀ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਜਾਂਦੀਆਂ ਹੈਗੀਆਂ। ਟੈਨਸ਼ਨ ਵੀ ਇੱਕ ਮੋਟਾਪੇ ਦਾ ਕਾਰਨ ਆ, ਟੈਨਸ਼ਨ ਕਰਕੇ ਕਈ ਵਾਰੀ ਬੰਦਾ ਆਪਣੇ ਆਪ ਲਈ, ਸਮਾਜ ਲਈ ਵੀ ਘਾਤਕ ਹੋ ਜਾਂਦੇ ਹੈਗੇ ਆ। ਦੂਜਾ, ਇਹਦੇ ਨਾਲ ਸਾਹ ਚੜ੍ਹਨ ਦੀ ਪ੍ਰੋਬਲਮ ਹੋ ਸਕਦੀ ਹੈਗੀ, ਗੁਰਦੇ ਫੇਲ ਹੋ ਸਕਦੇ ਆ, ਹਾਰਟ ਫੇਲ ਹੋ ਸਕਦਾ, ਪ੍ਰੋਸਟੇਟ ਕੈਂਸਰ ਹੋ ਸਕਦਾ, ਇੰਪੋਟੈਂਸੀ ਵੀ ਹੋ ਸਕਦੀ ਹੈਗੀ ਆ, ਅਤੇ ਹੋਰ ਵੀ ਇਹਦੇ ਬਹੁਤ ਸਾਰੇ ਨੁਕਸਾਨ ਹੈਗੇ ਆ। ਵੀ ਇੱਕ ਅਧਿਐਨ ਵਿੱਚ ਦੱਸਿਆ ਹੈਗਾ ਵੀ 53 ਤਰ੍ਹਾਂ ਦੀਆਂ ਬਿਮਾਰੀਆਂ ਲੱਗ ਸਕਦੀਆਂ, ਯਾਨੀ ਕਿ ਉਹਨਾਂ 'ਚੋਂ ਕੋਈ ਵੀ ਪ੍ਰੋਬਲਮ ਆ ਸਕਦੀ ਹੈਗੀ ਆ। ਮੋਟਾਪੇ ਦੇ ਨੁਕਸਾਨ ਹੀ ਨੁਕਸਾਨ ਹੈਗੇ, ਮੋਟਾਪਾ ਇੱਕ ਬਿਮਾਰੀ ਨਹੀਂ, ਬਿਮਾਰੀਆਂ ਦੀ ਜੜ੍ਹ ਹੈਗੀ ਆ। ਜੀ, ਇੱਕ ਹੁੰਦਾ ਫੈਟ ਲੋਸ ਕਰਨਾ, ਇੱਕ ਹੁੰਦਾ ਮੋਟਾਪਾ ਘਟਾਉਣਾ, ਲੋਕਾਂ ਨੂੰ ਦੋਨਾਂ ਦੇ ਵਿੱਚ ਅੰਤਰ ਹੀ ਨਹੀਂ ਪਤਾ ਲੱਗਦਾ। ਸੋ ਤੁਸੀਂ ਕਿਵੇਂ ਦਾ ਟ੍ਰੀਟਮੈਂਟ ਦਿੰਦੇ ਹੋ ਅਤੇ ਲੋਕਾਂ ਨੂੰ ਥੋੜ੍ਹਾ ਜਿਹਾ ਇਲੈਬੋਰੇਟ ਕਰਕੇ ਦੱਸੋ ਕਿ ਇਹ ਹੈ ਕੀ ਐਕਚੁਅਲ 'ਚ? ਅਸੀਂ ਕਹਿੰਦੇ ਹਾਂ ਵੀ ਤੁਹਾਡੀ ਹਾਈਟ ਕੀ ਆ, ਮੰਨ ਲਓ ਕਿਸੇ ਦੀ ਹਾਈਟ 5 ਫੁੱਟ 6 ਇੰਚ ਹੈਗੀ ਆ,
ਉਹਨਾਂ ਨੂੰ 65 ਕਿਲੋ ਭਾਰ ਚਾਹੀਦਾ ਹੈਗਾ। ਜੇ ਉਹਨਾਂ ਦਾ 100 ਕਿਲੋ ਹੈਗਾ ਤਾਂ ਮਤਲਬ ਉਹਨਾਂ ਨੂੰ ਫੈਟ ਜ਼ਿਆਦਾ ਹੈਗੀ ਆ, ਅਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਟ੍ਰੀਟਮੈਂਟ ਦਿੰਦੇ, ਉਹਨਾਂ ਦਾ ਭਾਰ ਘਟਾਉਂਦੇ ਹੈਗੇ ਹਾਂ। ਦੂਜਾ ਜਿਹੜਾ ਮੋਟਾਪਾ ਹੈਗਾ ਆ, ਕਈਆਂ ਦਾ ਭਾਰ ਤਾਂ ਸਹੀ ਹੁੰਦਾ ਪਰ ਉਹਨਾਂ ਦਾ ਇਕੱਲਾ ਪੇਟ ਹੁੰਦਾ ਹੈਗਾ, ਉਹ ਇੰਚਸ ਘਟਾਉਣਾ ਚਾਹੁੰਦੇ ਹੈਗੇ ਆ, ਉਹਨਾਂ ਦੇ ਅਕੋਰਡਿੰਗ ਟੂ ਹਾਈਟ ਭਾਰ ਸਹੀ ਹੁੰਦਾ, ਪੇਟ ਫੁੱਲਿਆ ਹੁੰਦਾ ਹੈਗਾ, ਉਹਨੂੰ ਕਹਿੰਦੇ ਇੰਚ ਲੋਸ। ਉਹ ਜੇ ਆਪਣਾ ਇੰਚ ਘਟਾਉਣਾ ਚਾਹੁੰਦੇ, ਆਪਣਾ ਪੇਟ ਘਟਾਉਣਾ ਚਾਹੁੰਦੇ, ਆਪਣੀ ਬੋਡੀ ਨੂੰ ਰੀਸ਼ੇਪ ਕਰਨਾ ਚਾਹੁੰਦੇ ਹੈਗੇ, ਸਮਾਰਟ ਨਜ਼ਰ ਆਉਣਾ ਚਾਹੁੰਦੇ ਹੈਗੇ, ਤਾਂ ਅਸੀਂ ਉਹਨਾਂ ਨੂੰ ਉਹਨਾਂ ਦੇ ਹਿਸਾਬ ਨਾਲ ਟ੍ਰੀਟਮੈਂਟ ਦੇ ਕੇ ਘਟਾ ਦਿੰਦੇ ਹੈਗੇ, ਭਾਰ ਵੀ ਘਟਾ ਦਿੰਦੇ ਹਾਂ ਅਤੇ ਪੇਟ ਵੀ ਘਟਾ ਦਿੰਦੇ ਹਾਂ। ਡੀਟੌਕਸ ਕਰਨਾ ਕਿਉਂ ਜ਼ਰੂਰੀ ਹੈ ਸਿਹਤ ਦੇ ਲਈ? ਦੇਖੋ ਜੀ, ਅਸੀਂ ਆਪਣਾ ਇੰਨਾ ਖਿਆਲ ਨਹੀਂ ਕਰਦੇ ਜਿੰਨਾ ਅਸੀਂ ਆਪਣੀਆਂ ਗੱਡੀਆਂ ਦਾ ਕਰਦੇ ਹਾਂ। ਜਦੋਂ 10,000 ਕਿਲੋਮੀਟਰ ਸਾਡੀ ਗੱਡੀ ਚੱਲ ਜਾਂਦੀ, ਅਸੀਂ ਸਰਵਿਸ ਕਰਾ ਲੈਂਦੇ ਹਾਂ, ਜਦੋਂ ਸਰਵਿਸ ਹੋ ਜਾਂਦੀ ਗੱਡੀ ਤਾਂ ਬੜੀ ਸਮੂਥ ਹੋ ਜਾਂਦੀ ਹੈਗੀ ਆ। ਇਸ ਤਰ੍ਹਾਂ ਸਾਨੂੰ ਆਪਣੀ ਬੋਡੀ ਨੂੰ ਵੀ ਡੀਟੌਕਸ ਕਰਾਉਣਾ ਚਾਹੀਦਾ ਹੈਗਾ, ਆਂਤਰੀਆਂ ਸਾਫ਼ ਕਰਾਉਣੀਆਂ ਚਾਹੀਦੀਆਂ ਹੈਗੀਆਂ। ਜਦੋਂ ਸਾਡੀ ਬੋਡੀ ਡੀਟੌਕਸ ਹੋ ਜਾਏਗੀ ਤਾਂ ਜੋ ਵੀ ਤੁਸੀਂ ਖਾਂਦੇ ਤੁਹਾਨੂੰ ਸਹੀ ਤਰ੍ਹਾਂ ਲੱਗੇਗਾ। ਕਈ ਵਾਰ ਤੁਸੀਂ ਦੇਖਿਆ ਹੋਣਾ ਵੀ ਬਹੁਤੀਆਂ ਦਵਾਈਆਂ ਤੁਹਾਡੇ 'ਤੇ ਜਿਹੜੀਆਂ ਪਹਿਲਾਂ ਅਸਰ ਕਰਦੀਆਂ ਸੀ ਹੁਣ ਅਸਰ ਨਹੀਂ ਕਰਦੀਆਂ ਹੈਗੀਆਂ। ਕਈ ਲੋਕ ਸਾਡੇ ਤੋਂ ਜਿੱਦਾਂ ਟ੍ਰੀਟਮੈਂਟ ਲੈਂਦੇ ਆ, ਇੱਕ ਟਾਈਮ 'ਤੇ ਆ ਕੇ ਜਦੋਂ ਵਜਨ ਸਟੱਕ ਹੋ ਜਾਂਦਾ, ਫਿਰ ਅਸੀਂ ਬੋਡੀ ਨੂੰ ਡੀਟੌਕਸ ਕਰੀਦਾ ਹੈਗਾ। ਜਦੋਂ ਬੋਡੀ ਡੀਟੌਕਸ ਹੋ ਜਾਂਦੀ, ਰੀਫਰੈਸ਼ ਹੋ ਜਾਂਦੀ ਆ, ਫਿਰ ਹਰ ਚੀਜ਼ ਉਹਨਾਂ ਤੋਂ ਲੱਗਣ ਲੱਗ ਪੈਂਦੀ ਆ, ਅਸਰ ਕਰਨ ਲੱਗ ਪੈਂਦੀ ਹੈਗੀ ਆ। ਇਸ ਕਰਕੇ ਆਪਣੀ ਬੋਡੀ ਨੂੰ ਡੀਟੌਕਸ ਕਰਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੀ। ਸੋ ਲੋਕ ਭਾਰ ਵਧਾਉਣਾ ਵੀ ਚਾਹੁੰਦੇ ਹੁੰਦੇ ਆ, ਪਤਲੇ ਹੁੰਦੇ ਆ, ਕੁਛ ਵੀ ਪਾਇਆ ਹੋਵੇ ਸੋਹਣਾ ਨਹੀਂ ਲੱਗਦਾ, ਸੋ ਚਾਹੁੰਦੇ ਆ ਕਿ ਥੋੜ੍ਹਾ ਜਿਹਾ ਭਾਰ ਵੱਜੇ ਅਤੇ ਅਸੀਂ ਬਹੁਤ ਸੋਹਣੇ ਦਿਖਾਂਗੇ, ਜੋ ਵੀ ਅਸੀਂ ਪਾਇਆ ਹੋਏਗਾ ਉਹ ਸਾਡੇ 'ਤੇ ਜੱਚੇਗਾ ਵੀ। ਸੋ ਭਾਰ ਵਧਾਉਣ ਦੇ ਵਾਸਤੇ ਤੁਹਾਡੇ ਕੋਲ ਕੀ ਟ੍ਰੀਟਮੈਂਟ ਹੈ? ਦੇਖੋ, ਬਹੁਤ ਸਾਨੂੰ ਫੋਨ ਆਉਂਦੇ ਹੈਗੇ, ਕਹਿੰਦੇ ਤੁਸੀਂ ਮੋਟਾਪੇ ਦਾ ਤਾਂ ਕਰਦੇ ਹੋ ਇਲਾਜ, ਅਤੇ ਤੁਸੀਂ ਮੋਟੇ ਹੋਣ ਵਾਸਤੇ ਵੀ ਦਿੰਦੇ, ਸਿਹਤ ਬਣਾਉਣ ਵਾਸਤੇ ਵੀ ਦਿੰਦੇ ਹੈਗੇ ਆ। ਬਹੁਤ ਸਾਰੀਆਂ ਲੜਕੀਆਂ ਜਿਹੜੀਆਂ ਕਈ 0 ਫਿਗਰ ਦੀ ਦੌੜ ਵਿੱਚ ਸੀ, ਜਿਨ੍ਹਾਂ ਨੂੰ ਕੋਈ ਕੰਪਲੀਕੇਸ਼ਨ ਆ ਗਈਆਂ, ਉਹ ਵੀ ਹੁਣ ਆਪਣੇ ਆਪ ਨੂੰ ਹੈਲਦੀ ਕਰਨਾ ਚਾਹੁੰਦੀਆਂ ਹੈਗੀਆਂ, ਮੁੰਡੇ ਵੀ ਆਪਣੇ ਆਪ ਨੂੰ ਸਡੋਲ ਨਜ਼ਰ ਆਉਣਾ ਚਾਹੁੰਦੇ ਹੈਗੇ ਆ। ਅਸੀਂ ਜੋ ਟ੍ਰੀਟਮੈਂਟ ਦਿੰਦੇ ਹਾਂ ਉਹਦੇ ਨਾਲ ਇੱਕ ਤਾਂ ਸਭ ਤੋਂ ਪਹਿਲਾਂ ਡਾਈਜੈਸਟਿਵ ਸਿਸਟਮ ਠੀਕ ਹੋ ਜਾਂਦਾ ਹੈਗਾ, ਭੁੱਖ ਵੱਧ ਜਾਂਦੀ ਹੈਗੀ, ਖਾਧਾ ਪੀਤਾ ਲੱਗਣਾ ਸ਼ੁਰੂ ਹੋ ਜਾਂਦਾ ਹੈਗਾ, ਜੋ ਤੁਸੀਂ ਖਾਓਗੇ ਉਹ ਤੁਹਾਨੂੰ ਲੱਗੇਗਾ। ਭੁੱਖ ਇੰਨੀ ਕੁ ਵੱਧ ਜਾਂਦੀ ਹੈਗੀ ਵੀ ਤੁਹਾਡੀ ਨੀਂਦ ਨਹੀਂ ਭਰੇਗੀ, ਤੁਹਾਡਾ ਪੇਟ ਭਰ ਜਾਏਗਾ, ਪੇਟ ਵੱਲ ਦੇਖ ਕੇ ਕਹੋਗੇ ਨਹੀਂ ਮੈਂ ਹੋਰ ਨਹੀਂ ਖਾਣਾ ਹੈਗਾ, ਫਿਰ ਜੋ ਤੁਸੀਂ ਖਾਣਾ ਹੈ ਉਹ ਤੁਹਾਨੂੰ ਲੱਗੇਗਾ। ਜੋ ਤੁਸੀਂ ਖਾਣਾ ਉਹਦੇ ਨਾਲ ਹੀ ਤੁਹਾਡੀ ਸਿਹਤ ਬਣਨੀ, ਦਵਾਈ ਨਾਲ ਸਿਹਤ ਨਹੀਂ ਬਣਨੀ, ਦਵਾਈ ਨੇ ਤੁਹਾਡੇ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਨਾ ਹੈਗਾ ਆ। ਜਦੋਂ ਤੁਸੀਂ ਸਾਡਾ ਟ੍ਰੀਟਮੈਂਟ ਲੈਣਾ ਸ਼ੁਰੂ ਕਰ ਦਿੰਦੇ ਹੈਗੇ ਆ, ਹਲਕੀਆਂ ਹਲਕੀਆਂ ਜਿਹੜੀਆਂ ਗੱਲਾਂ ਬਾਹਰ ਆਉਣੀਆਂ ਸ਼ੁਰੂ ਹੋ ਜਾਣੀਆਂ, ਬੋਡੀ ਸਡੋਲ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ, ਚਿਹਰੇ ਦਾ ਰੰਗ ਲਾਲ ਹੋਣਾ ਸ਼ੁਰੂ ਹੋ ਜਾਂਦਾ, ਅਤੇ ਤੁਸੀਂ ਵਧੀਆ ਸੋਹਣੇ ਨਜ਼ਰ ਆਉਣ ਲੱਗ ਪੈਂਦੇ ਹੈਗੇ ਆ। ਇਸ ਕਰਕੇ ਜੋ ਬੰਦਾ ਮੋਟੇ ਹੋਣਾ ਚਾਹੁੰਦਾ ਹੈ, ਆਪਣੀ ਸਿਹਤ ਬਣਾਉਣਾ ਚਾਹੁੰਦੇ ਹੋ, ਜਿੱਦਾਂ ਦੀ ਵੀ ਚੋਣ ਬਣਾਉਣਾ ਚਾਹੁੰਦੇ ਹੈਗੇ, ਅਸੀਂ ਉਸ ਤਰ੍ਹਾਂ ਦੀ ਬਣਾ ਦਿੰਦੇ ਹੈਗੇ ਆ। ਸੋ ਫੈਟੀ ਲੀਵਰ ਨੂੰ ਅਸੀਂ ਮੋਟਾਪੇ ਦੇ ਇੱਕ ਕਾਰਨ ਸਮਝ ਲੈਂਦੇ ਹਾਂ, ਸੋ ਉਹ ਕੀ ਚੀਜ਼ ਹੈਗੀ ਹੈ? ਦੇਖੋ, ਜਦੋਂ ਫੈਟੀ ਲੀਵਰ ਹੁੰਦਾ ਹੈਗਾ, ਫੈਟੀ ਲੀਵਰ ਨਾਲ ਜੋ ਅਸੀਂ ਖਾਣਾ ਸਾਨੂੰ ਹਜ਼ਮ ਨਹੀਂ ਹੋਣਾ, ਜਦੋਂ ਹਜ਼ਮ ਨਹੀਂ ਹੋਊਗਾ ਉਦੋਂ ਗੈਸ ਵੀ ਬਣੂਗੀ, ਕਬਜ਼ ਵੀ ਹੋਏਗੀ। ਫੈਟੀ ਲੀਵਰ ਦੇ ਨਾਲ ਕਈ ਵਾਰ ਯੂਰਿਕ ਐਸਿਡ ਵਧਣਾ ਸ਼ੁਰੂ ਹੋ ਜਾਂਦਾ, ਕੋਲੈਸਟ੍ਰੋਲ ਵਧਣਾ ਸ਼ੁਰੂ ਹੋ ਜਾਂਦਾ, ਐਸਿਡ ਬਣਨਾ ਸ਼ੁਰੂ ਹੋ ਜਾਂਦਾ। ਜਦੋਂ ਜ਼ਿਆਦਾ ਐਸਿਡ ਬਣਦਾ ਹੈਗਾ ਆ, ਤਾਂ ਐਸਿਡ ਨੂੰ ਸ਼ਾਂਤ ਕਰਕੇ ਜਿਹੜਾ ਰੇਸ਼ਾ ਹੋਰ ਬਣਨਾ ਸ਼ੁਰੂ ਹੋ ਜਾਂਦਾ ਹੈਗਾ। ਅਸੀਂ ਕੀ ਕਰਦੇ ਹਾਂ, ਅਸੀਂ ਰੇਸ਼ੇ ਦੀ ਦਵਾਈ ਖਾ ਲਾਂਗੇ, ਯੂਰਿਕ ਐਸਿਡ ਦੀ ਖਾ ਲਾਂਗੇ, ਗੈਸ ਦੀ ਖਾ ਲਾਂਗੇ, ਕਬਜ਼ ਦੀ ਖਾ ਲਾਂਗੇ, ਪਰ ਅਸੀਂ ਲੀਵਰ ਨੂੰ ਸਹੀ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ ਹੈਗੇ। ਅਸੀਂ ਉਹ ਦਵਾਈਆਂ ਦਾ ਸਹਾਰਾ ਲੈਣ ਲੱਗ ਪੈਂਦੇ, ਕਈ ਸਾਲਾਂ ਬੱਧੀ ਖਾਂਦੇ ਰਹਿੰਦੇ ਆ, ਜਿਹਨਾਂ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਹੈਗਾ। ਅਸੀਂ ਜਿਹੜਾ ਲੀਵਰ ਨੂੰ ਵੀ ਡੀਟੌਕਸ ਕਰੀਦਾ ਹੈਗਾ, ਲੀਵਰ ਨੂੰ ਸਟਿਮੂਲੇਟ ਕਰੀਦਾ ਹੈਗਾ। ਜਦੋਂ ਲੀਵਰ ਸਟਿਮੂਲੇਟ ਹੋ ਜੂਗਾ, ਤੁਸੀਂ ਜੋ ਖਾਓਗੇ ਤੁਹਾਨੂੰ ਉਹ ਲੱਗੇਗਾ, ਹਜ਼ਮ ਹੋਏਗਾ, ਤੁਹਾਡੀ ਬੋਡੀ ਦੀ એનર્ਜੀ ਵਿੱਚ ਕਨਵਰਟ ਹੋਏਗਾ। ਜਦੋਂ ਤੁਹਾਡਾ ਡਾਈਜੈਸਟਿਵ ਸਿਸਟਮ ਠੀਕ ਹੋ ਗਿਆ ਨਾ, ਜੇ ਤੁਸੀਂ ਮੋਟੇ ਆ ਤਾਂ ਪਤਲੇ ਹੋਣ ਲੱਗ ਪਓਗੇ, ਜੇ ਤੁਸੀਂ ਪਤਲੇ ਆ ਤਾਂ ਆਪਣੇ ਆਪ ਨੂੰ ਤੁਸੀਂ ਹੈਲਦੀ ਕਰ ਲਓਗੇ, ਕਿਉਂਕਿ ਲੀਵਰ ਦੇ ਨਾਲ ਹੀ ਸਾਡਾ ਜਿਹੜਾ ਦਾਰੋਮਦਾਰ ਹੈਗਾ, ਲੀਵਰ ਦੇ ਨਾਲ ਹੀ ਸਾਡੀ ਸਿਹਤ ਜਿਹੜੀ ਉਹ ਸਹੀ ਰਹਿੰਦੀ ਹੈਗੀ ਆ। ਸੋ ਤੁਸੀਂ ਬਹੁਤ ਸਾਰੇ ਟ੍ਰੀਟਮੈਂਟਸ ਜਿਹੜੇ ਨੇ ਉਹ ਦਿੰਦੇ ਹੋ, ਸੋ ਲੋਕਾਂ ਦਾ ਪੇਟ ਜਿਹੜਾ ਇਕੱਲਾ ਉਹੀ ਵੱਧਦਾ, ਪੂਰਾ ਸਰੀਰ ਜਿਹੜਾ ਬਿਲਕੁਲ ਸੋਹਣਾ ਦਿਖਦਾ ਹੁੰਦਾ, ਬਹੁਤ ਸੋਹਣੇ ਲੱਗਦੇ ਹੁੰਦੇ, ਸਿਰਫ ਪੇਟ ਜਿਹੜਾ ਹੈ ਉਹ ਦਿਖਦਾ ਹੁੰਦਾ, ਜਿਹਦੇ ਨਾਲ ਸਰੀਰ ਦੀ ਸ਼ੇਪ ਜਿਹੜੀ ਵਿਗੜ ਜਾਂਦੀ ਹੈ, ਸੋ ਉਹਦੇ ਵਾਸਤੇ ਤੁਹਾਡੇ ਕੋਲ ਕੀ ਪ੍ਰੋਸੈਸ ਹੈ? ਹਾਂਜੀ ਸੁਖਦੀਪ ਜੀ, ਕਈ ਲੋਕਾਂ ਦਾ ਭਾਰ ਤਾਂ ਸਹੀ ਹੁੰਦਾ ਪਰ ਉਹਨਾਂ ਦਾ ਪੇਟ ਵਧਿਆ ਹੁੰਦਾ ਹੈਗਾ, ਪੇਟ ਫੁੱਲਿਆ ਹੁੰਦਾ ਹੈਗਾ, ਉਹ ਬੜੀਆਂ ਕੋਸ਼ਿਸ਼ਾਂ ਕਰਦੇ ਆ ਆਪਣਾ ਪੇਟ ਘਟਾਉਣ ਵਾਸਤੇ ਪਰ ਨਹੀਂ ਘਟਦਾ ਹੈਗਾ। ਅਸੀਂ ਬੇਸਿਕ ਚੀਜ਼ ਨੂੰ ਲੈਂਦੇ ਹੈਗਾ ਵੀ ਪੇਟ ਵਧਿਆ ਹੀ ਕਿਉਂ ਹੈਗਾ ਆ।
ਜਿਹੜਾ ਪੇਟ ਕਈ ਵਾਰੀ ਕਬਜ਼ੀ ਕਰਕੇ ਹੁੰਦਾ ਹੈਗਾ, ਡਾਈਜੈਸਟਿਵ ਸਿਸਟਮ ਠੀਕ ਨਾ ਹੋਣ ਕਰਕੇ ਹੀ ਵੱਧਦਾ ਹੈਗਾ, ਗੈਸ ਜ਼ਿਆਦਾ ਹੋਣ ਦੇ ਨਾਲ ਜਿਹੜਾ ਵੱਧਦਾ ਹੈਗਾ, ਕਬਜ਼ੀ ਹੋਣ ਨਾਲ ਵੱਧਦਾ ਹੈਗਾ ਆ। ਉਹਦੇ ਵਾਸਤੇ ਦੇਖੋ ਅਸੀਂ ਦੋ ਤਰ੍ਹਾਂ ਦੇ ਪ੍ਰੋਡਕਟ ਦਿੰਦੇ ਹਾਂ, ਇੱਕ ਤਾਂ ਦਿੰਦੇ ਹਾਂ ਟੰਮੀ ਟੱਕ ਲੋਸ਼ਨ ਜੀ। ਲੋਸ਼ਨ ਦੇ ਨਾਲ ਜਿਹੜੀ ਸਕਿੰਨ ਆ ਉਹ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈਗੀ, ਜਿਹੜੇ ਵਧੇ ਹੋਏ ਬੋਡੀ ਦੇ ਪਾਰਟ ਉਹ ਸ਼੍ਰਿੰਕ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਆ, ਸਟ੍ਰੈਚ ਮਾਰਕਸ ਜਿਹੜੇ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਆ, ਕਈ ਵਾਰੀ ਹਲਕੇ ਹਲਕੇ ਸਕਿੰਨ ਦੇ ਉਭਾਰ ਹੁੰਦੇ ਆ, ਐਂਟੀ ਸੈਲੋਲਾਈਟ ਹੈਗਾ ਸਾਡਾ ਜਿਹੜਾ ਇਹ ਲੋਸ਼ਨ ਹੈਗਾ ਆ। ਦੂਜਾ ਅਸੀਂ ਬੋਡੀ ਨੂੰ ਕਲੀਨਜ਼ਿੰਗ ਵਾਸਤੇ, ਟੰਮੀ ਅਟੈਂਸ਼ਨ ਸਾਨੂੰ ਤਾਂ ਹੀ ਹੋਏਗੀ ਨਾ ਜੇ ਅਸੀਂ ਬੋਡੀ ਨੂੰ ਘਟਾਵਾਂਗੇ ਨਾ, ਅਸੀਂ ਇਹਨੂੰ ਘਟਾਉਣ ਵਾਸਤੇ ਇੱਕ ਦਿੰਦੇ ਹੈਗੇ ਆਪਣਾ ਜੋ ਟ੍ਰੀਟਮੈਂਟ ਹੈਗਾ, ਇਹਦੇ ਨਾਲ ਕੀ ਹੁੰਦਾ ਜਿਹੜੀਆਂ ਆਂਤੜੀਆਂ ਹੈਗੀਆਂ ਵੱਡੀਆਂ ਆਂਤ ਉਹ ਸਾਫ਼ ਹੋ ਜਾਂਦੀ ਹੈਗੀ ਆ, ਡਾਈਜੈਸਟਿਵ ਜਿਹੜਾ ਸਾਡਾ ਟਰੈਕ ਹੈਗਾ ਨਾ ਉਹ ਵੀ ਇਹਦੇ ਨਾਲ ਜਿਹੜਾ ਸਾਫ਼ ਹੋ ਜਾਂਦਾ, ਕਲੀਨ ਹੋ ਜਾਂਦਾ ਹੈਗਾ ਆ। ਇਹਦੇ ਨਾਲ ਇੰਨੇ ਕੁ ਫਾਇਦੇ ਹੈਗੇ ਆ ਵੀ ਆਂਤੜੀਆਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਪੁਰਾਣਾ ਫਸਿਆ ਹੋਇਆ ਮਲ ਹੈਗਾ ਨਾ, ਉਹਨੂੰ ਖਰੋਚ ਖਰੋਚ ਕੇ ਬਾਹਰ ਕੱਢ ਦਿੰਦੀ, ਬੋਡੀ ਡੀਟੋਕਸ ਹੋ ਜਾਂਦੀ ਹੈਗੀ ਆ, ਹਾਰਟ ਜਿਹੜਾ ਸਾਡਾ ਲੀਵਰ ਵੀ ਡੀਟੋਕਸ ਹੋ ਜਾਂਦਾ ਹੈਗਾ, ਸਾਡੀ ਬੋਡੀ ਵੀ ਡੀਟੋਕਸ ਹੋ ਜਾਂਦੀ, ਉਹਦੇ ਨਾਲ ਜਿਹੜਾ ਪੇਟ ਜਿਹੜਾ ਘਟਣਾ ਸ਼ੁਰੂ ਹੋ ਜਾਂਦਾ ਹੈਗਾ। ਅਤੇ ਅਸੀਂ ਲੀਵਰ ਵਾਸਤੇ ਤਾਂ ਨਾਲ ਮੈਡੀਸਨ ਦਿੰਦੇ ਹੀ ਦਿੰਦੇ ਹੈਗੇ ਆ, ਉਹਦੇ ਨਾਲ ਆਪਣੇ ਆਪ ਨੂੰ ਅਸੀਂ ਜਿੱਦਾਂ ਦਾ ਵੀ ਬਣਾਉਣਾ ਚਾਹੁੰਦੇ ਹੈਗੇ ਆ, ਸਲਿਮ ਫਿੱਟ ਕਰਨਾ ਚਾਹੁੰਦੇ ਹੈਗੇ ਆ, ਸਮਾਰਟ ਨਜ਼ਰ ਆਉਣਾ ਚਾਹੁੰਦੇ ਆ, ਬਿਲਕੁਲ ਹੋ ਸਕਦੇ ਹਾਂ ਜੀ। ਜੀ, ਘਰਾਂ ਦੇ ਵਿੱਚ ਅਸੀਂ ਬਹੁਤ ਵਾਰੀ ਸੁਣਿਆ ਕਿ ਜੇ ਤੁਸੀਂ ਸਪਲੀਮੈਂਟਸ ਲੈ ਰਹੇ ਹੋ ਜੋ ਆਪਣਾ ਭਾਰ ਘਟਾਉਣ ਦੇ ਵਾਸਤੇ, ਕੁਛ ਲੋਕ ਤਾਂ ਰੋਟੀ ਵੀ ਛੱਡ ਦਿੰਦੇ ਆ ਕਿ ਘੱਟ ਕਰ ਦਿਓ ਜੋ ਚਾਰ। ਸੁਖਦੇਵ ਜੀ, ਤੁਸੀਂ ਦੇਖਿਆ ਹੋਣਾ ਵੀ ਕਈ ਲੋਕਾਂ ਦਾ ਭਾਰ ਤਾਂ ਸਹੀ ਹੁੰਦਾ ਪਰ ਉਹਨਾਂ ਦਾ ਪੇਟ ਵਧਿਆ ਹੁੰਦਾ ਹੈਗਾ, ਪੇਟ ਤੋਂ ਬੜੇ ਪਰੇਸ਼ਾਨ ਹੁੰਦੇ ਆ, ਜਿਹੜਾ ਪੇਟ ਫੁੱਲਿਆ ਹੁੰਦਾ ਵੈਸੇ ਨਹੀਂ ਚੰਗਾ ਲੱਗਦਾ ਹੈਗਾ, ਕਈ ਵਾਰੀ ਬਟਨ ਲੱਗੇ ਹੁੰਦੇ ਆ, ਪੇਟ ਬਾਹਰ ਨੂੰ ਨਿਕਲਦਾ ਹੈਗਾ, ਉਹ ਚੰਗਾ ਨਹੀਂ ਲੱਗਦਾ ਹੈਗਾ, ਨਾਸ਼ਪਾਤੀ ਵਰਗਾ ਪੇਟ ਹੋਇਆ ਹੁੰਦਾ ਹੈਗਾ। ਪੇਟ ਜਿਹੜਾ ਹੈਗਾ ਜੇ ਵਧਿਆ ਅਤੇ ਘਟਾਇਆ ਵੀ ਜਾ ਸਕਦਾ ਹੈਗਾ, ਇਹਦੇ ਵਾਸਤੇ ਅਸੀਂ ਦੋ ਤਰ੍ਹਾਂ ਦੇ ਪ੍ਰੋਡਕਟ ਦਿੰਦੇ ਹੈਗੇ, ਇੱਕ ਤਾਂ ਅਸੀਂ ਟੰਮੀ ਟੱਕ ਲੋਸ਼ਨ ਦਿੰਦੇ ਹੈਗੇ ਹਾਂ ਜਿਹਦੇ ਨਾਲ ਜਿਹੜੀ ਸਕਿੰਨ ਟਾਈਟ ਹੋਣੀ ਸ਼ੁਰੂ ਹੋ ਜਾਂਦੀ, ਸਟ੍ਰੈਚ ਮਾਰਕਸ ਜਿਹੜੇ ਹੈਗੇ ਉਹ ਠੀਕ ਹੋਣੇ ਸ਼ੁਰੂ ਹੋ ਜਾਂਦੇ ਆ, ਸਕਿੰਨ ਜਿਹੜੀ ਬਿਲਕੁਲ ਸਮੂਥ ਹੋ ਜਾਂਦੀ ਹੈਗੀ, ਐਂਟੀ ਸੈਲੋਲਾਈਟ ਆ ਸਾਡਾ ਜਿਹੜਾ ਇਹ ਲੋਸ਼ਨ। ਐਂਡ ਸੈਲੋਲਾਈਟ ਕੀ ਹੁੰਦਾ ਵੀ ਹਲਕੇ ਹਲਕੇ ਜਿੱਦਾਂ ਨਾ ਸੰਤਰੇ ਦੇ ਛਿੱਲੜਾਂ ਦੇ ਉੱਤੇ ਉਭਾਰ ਹੁੰਦੇ ਆ ਸਾਡੀ, ਕਈ ਵਾਰੀ ਲੇਡੀਜ਼ ਦੇ ਸਕਿੰਨ ਦੇ ਇੱਦਾਂ ਦੇ ਹੁੰਦੇ ਹੈਗੇ ਆ, ਸਕਿੰਨ ਬਿਲਕੁਲ ਸਮੂਥ ਹੋ ਜਾਂਦੀ ਹੈਗੀ ਆ। ਦੂਜਾ ਜੋ ਅਸੀਂ ਖਾਣ ਵਾਲਾ ਪ੍ਰੋਡਕਟ ਦਿੰਦੇ ਹੈਗੇ ਹਾਂ, ਉਹਦੇ ਨਾਲ ਜਿਹੜਾ ਸਾਡਾ ਡਾਈਜੈਸਟਿਵ ਸਿਸਟਮ ਜਿਹੜਾ ਹੁੰਦਾ ਹੈਗਾ, ਡਾਈਜੈਸਟਿਵ ਜਿਹੜਾ ਟਰੈਕ ਹੈਗਾ ਆ, ਪਲੱਸ ਨਾਲ ਜਿਹੜੀ ਵੱਡੀ ਆਂਤ ਹੈਗੀ ਆ ਉਹਨੂੰ ਬਿਲਕੁਲ ਕਲੀਨ ਕਰ ਦਿੰਦੇ ਹੈਗੇ ਆ, ਬਿਲਕੁਲ ਜਦੋਂ ਸਾਫ਼ ਹੋ ਜਾਂਦੀ ਆ। ਫਿਰ ਜਿਹੜੀ ਓਕੇਜ਼ਨਲੀ ਕਈ ਵਾਰੀ ਤੁਸੀਂ ਦੇਖਿਆ ਹੋਣਾ ਵੀ ਕਿਸੇ ਨੂੰ ਕਬਜ਼ ਹੋ ਜਾਂਦੀ ਆ, ਉਹ ਵੀ ਨਹੀਂ ਹੁੰਦੀ ਹੈਗੀ, ਗੈਸ ਬਣਨੀ ਬੰਦ ਹੋ ਜਾਂਦੀ ਹੈਗੀ ਆ, ਪੇਟ ਹੌਲੀ ਹੌਲੀ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈਗਾ, ਤੁਹਾਨੂੰ ਬੈਲਟਾਂ ਲਗਾਉਣ ਦੀ ਲੋੜ ਨਹੀਂ ਪੈਣੀ ਹੈਗੀ, ਸਿਰਫ ਅਸੀਂ ਆਪਣੇ ਜਿਹੜਾ ਡਾਈਜੈਸਟਿਵ ਸਿਸਟਮ ਨੂੰ ਠੀਕ ਕਰਕੇ ਬੋਡੀ ਨੂੰ ਆਪਾਂ ਡੀਟੌਕਸ ਕਰਕੇ ਫਿੱਟ ਹੋ ਸਕਦੇ ਹੈਗੇ ਆ। ਬਹੁਤ ਲੋਕ ਬੈਲਟਾਂ ਦਾ ਸਹਾਰਾ ਲੈਂਦੇ ਹੈਗੇ ਆ, ਜਾਂ ਉਹ ਆਪਣੇ ਪੇਟ ਨੂੰ ਲੰਘਾਉਣ ਵਾਸਤੇ ਵੈਸੇ ਬੈਲਟ ਬੰਨ ਰੱਖਦੇ ਉੱਤੇ ਕੱਪੜੇ ਪਾ ਲੈਂਦੇ ਹੈਗੇ, ਬੜੇ ਐਫਰਟਸ ਕਰਦੇ ਹੈਗੇ ਆ, ਤੁਹਾਨੂੰ ਕੋਈ ਇਸ ਤਰ੍ਹਾਂ ਦੇ ਕਰਨ ਦੀ ਜ਼ਰੂਰਤ ਨਹੀਂ ਹੈਗੀ। ਇੱਕ ਵਾਰ ਸਾਡਾ ਟ੍ਰੀਟਮੈਂਟ ਲੈ ਕੇ ਦੇਖੋ, ਜੋ ਵੀ ਤੁਸੀਂ ਚਾਹੁੰਦੇ ਹੈਗੇ ਆਪਣੀ ਬੋਡੀ ਨੂੰ ਰੀਸ਼ੇਪ ਕਰਨਾ, ਅਸੀਂ ਉੱਦਾਂ ਦੀ ਤੁਹਾਡੀ ਬੋਡੀ ਬਣਾ ਦੇਵਾਂਗੇ ਜੀ। ਸੋ ਮੋਟਾਪੇ ਦੀ ਗੱਲਬਾਤ ਕਰ ਲਈ ਹੈ, ਮੈਨੂੰ ਲੱਗਦਾ ਲੇਡੀਜ਼ ਦੀ ਜਿਹੜੀ ਪ੍ਰੋਬਲਮ ਹੈ ਉਹ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ, ਹਾਰਮੋਨਸ ਇੰਬੈਲੈਂਸ ਹੋ ਜਾਣਾ, ਉਹਦੇ ਵਾਸਤੇ ਤੁਸੀਂ ਕਿਹੋ ਜਿਹਾ ਟ੍ਰੀਟਮੈਂਟ ਦਿੰਦੇ ਹੋ? ਦੇਖੋ, ਔਰਤਾਂ ਨੂੰ ਤਾਂ ਸਿਰਫ ਇੱਕੋ ਗੱਲ ਦਾ ਖਿਆਲ ਰੱਖਣਾ ਚਾਹੀਦਾ ਵੀ ਜਿਹੜੇ ਤੁਹਾਡੇ ਹਾਰਮੋਨਸ ਹੈਗੇ ਉਹ ਠੀਕ ਹੋਣੇ ਚਾਹੀਦੇ ਹੈਗੇ ਆ। ਜੇ ਤੁਹਾਡੇ ਹਾਰਮੋਨਸ ਠੀਕ ਹੈਗੇ ਆ ਤਾਂ ਤੁਹਾਡਾ ਮੈਟਾਬੋਲਿਕ ਰੇਟ ਜਿਹੜਾ ਹੈਗਾ ਉਹ ਸਹੀ ਹੈਗਾ, ਤਾਂ ਤੁਸੀਂ ਕਦੀ ਵੀ ਮੋਟੀਆਂ ਨਹੀਂ ਹੋ ਸਕਦੀਆਂ। ਜਦੋਂ ਤੁਹਾਨੂੰ ਲੱਗਦਾ ਹੈਗਾ ਵੀ ਪੀਰੀਅਡ ਜਿਹੜੇ ਹੈਗੇ ਘੱਟ ਜਾਂ ਵੱਧ ਆਉਣੇ ਸ਼ੁਰੂ ਹੋ ਗਏ ਆ, ਤਾਂ ਉਹਦਾ ਇਮੀਡੀਏਟਲੀ ਜਿਹੜਾ ਟ੍ਰੀਟਮੈਂਟ ਲੈਣਾ ਚਾਹੀਦਾ ਹੈਗਾ। ਜੋ ਲੋਕ ਸਾਨੂੰ ਅਪਰੋਚ ਕਰਦੇ ਆ, ਜੇ ਕੋਈ ਕਿਸੇ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ, ਤਾਂ ਅਸੀਂ ਬਿਲਕੁਲ ਉਹਦੇ ਨਾਲ ਰਾਜ ਪਰਵਤਨੀ ਵੱਟੀ ਦਿੰਦੇ ਹੈਗੇ ਹਾਂ, ਕਚਨਾਰ ਗੁੱਗਲ ਦਿੰਦੇ ਹੈਗੇ ਹਾਂ, ਜਿਹਦੇ ਨਾਲ ਉਹਨਾਂ ਦਾ ਜਿਹੜਾ ਮੈਂਸੂਰੇਸ਼ਨ ਦੀ ਜਿਹੜੀ ਪ੍ਰੋਬਲਮ ਹੈਗੀ ਉਹ ਠੀਕ ਹੋ ਜਾਂਦੀ ਹੈਗੀ ਆ। ਦੂਜਾ 35 ਜਦੋਂ ਹੋ ਜਾਂਦੀ ਆ, ਉਹਨਾਂ ਨੂੰ ਕੈਲਸ਼ੀਅਮ ਲੈਣਾ ਜ਼ਰੂਰੀ ਹੈਗਾ, 45 ਦੇ ਜਦੋਂ ਮੈਨੋਪੌਜ਼ ਦੀ ਸਟੇਜ ਹੁੰਦੀ ਹੈ ਉਹਨੂੰ ਵੀ ਉਹਨੂੰ ਕੋਈ ਨਾ ਕੋਈ ਟ੍ਰੀਟਮੈਂਟ ਲੈਣਾ ਹੁੰਦਾ, ਮਲਟੀਵਿਟਾਮਿਨ ਲੈਣੇ ਹੁੰਦੇ ਆ, ਕੈਲਸ਼ੀਅਮ ਲੈਣਾ ਹੁੰਦਾ, ਮੈਗਨੀਸ਼ੀਅਮ ਲੈਣਾ ਹੁੰਦਾ ਹੈਗਾ, ਕਈ ਵਾਰ ਉਹ ਨਹੀਂ ਲੈਂਦੀ, ਇਸ ਕਰਕੇ ਉਹਨਾਂ ਦੀ ਬੋਡੀ ਬੇਢੰਗੀ ਹੋ ਜਾਂਦੀ ਹੈਗੀ ਆ। ਜਦੋਂ ਹਾਰਮੋਨ ਇਮਬੈਲੈਂਸ ਹੋ ਜਾਂਦੇ ਹੈਗੇ ਆ, ਇੱਕ ਤਾਂ ਗੁੱਸਾ ਆਉਣਾ ਸ਼ੁਰੂ ਹੋ ਜਾਂਦਾ,
ਪੇਟ ਫੁੱਲਣਾ ਸ਼ੁਰੂ ਹੋ ਜਾਂਦਾ ਹੈਗਾ ਆ। ਸਿਰਫ ਤੁਸੀਂ ਸਾਨੂੰ ਇਹ ਦੱਸਣਾ ਵੀ ਮੇਰੀ ਆਹ ਪ੍ਰੋਬਲਮ ਹੈਗੀ ਆ, ਅਸੀਂ ਜੋ ਤੁਹਾਡੀ ਪ੍ਰੋਬਲਮ ਉਹਦੇ ਹਿਸਾਬ ਨਾਲ ਤੁਹਾਨੂੰ ਟ੍ਰੀਟਮੈਂਟ ਦੇਣਾ, ਤੁਹਾਡਾ ਵੇਟ ਵੀ ਘਟੂਗਾ, ਪੇਟ ਵੀ ਘਟੂਗਾ, ਤੁਸੀਂ ਆਪਣੇ ਆਪ ਨੂੰ ਜਿਸ ਵੀ ਸਾਂਚੇ ਵਿੱਚ ਢਾਲਣਾ ਚਾਹੁੰਦੇ ਅਸੀਂ ਢਾਲ ਦੇਵਾਂਗੇ ਜੀ। ਸੋ ਇੱਕ ਪ੍ਰੋਬਲਮ ਹੋਰ ਹੈ, ਸੋ ਪ੍ਰੋਬਲਮਸ ਬੜੀਆਂ ਜ਼ਿਆਦਾ ਨੇ, ਮੈਨੂੰ ਲੱਗਦਾ ਓਨੇ ਹੀ ਸਲਿਊਸ਼ਨ ਵੀ ਨੇ ਤੁਹਾਡੇ ਕੋਲ। ਸਾਈਨਸ ਦੀ ਪ੍ਰੋਬਲਮ ਹੁੰਦੀ ਹੈ ਲੋਕਾਂ ਨੂੰ, ਨੱਕ ਦੇ ਵਿੱਚ ਰੇਸ਼ਾ ਵਰਗਾ ਰਹਿੰਦਾ, ਸੋ ਆਵਾਜ਼ ਭਾਰੀ ਹੋ ਜਾਂਦੀ ਹੈ, ਸੋ ਉਹਦੇ ਵਾਸਤੇ ਕਿਹੋ ਜਿਹਾ ਟ੍ਰੀਟਮੈਂਟ ਹੈ ਜਿਹੜਾ ਤੁਸੀਂ ਦਿੰਦੇ ਹੋ? ਕਈ ਲੋਕ ਦੇਖਿਆ ਹੈਗਾ ਵੀ ਜਦੋਂ ਮੌਸਮ ਚੇਂਜ ਹੁੰਦਾ ਹੈਗਾ ਆ ਤਾਂ ਉਹਨਾਂ ਨੂੰ ਬੜੀਆਂ ਛਿੱਕਾਂ ਆਉਂਦੀਆਂ ਹੈਗੀਆਂ ਜਾਂ ਹਰ ਵੇਲੇ ਉਹਨਾਂ ਨੂੰ ਰੇਸ਼ਾ ਰਹਿੰਦਾ ਹੈਗਾ ਆ। ਸਭ ਤੋਂ ਪਹਿਲੀ ਗੱਲ ਤਾਂ ਇਹ ਆ ਵੀ ਉਹਨਾਂ ਨੂੰ ਐਸਿਡ ਜ਼ਰੂਰ ਬਣਦਾ ਹੋਊਗਾ, ਜਿਨ੍ਹਾਂ 'ਤੇ ਜ਼ਿਆਦਾ ਐਸਿਡ ਬਣਦਾ, ਐਸਿਡ ਨੂੰ ਸ਼ਾਂਤ ਕਰਨ ਵਾਸਤੇ ਕਈ ਵਾਰੀ ਬੋਡੀ ਜ਼ਿਆਦਾ ਰੇਸ਼ਾ ਬਣਾਉਣਾ ਸ਼ੁਰੂ ਕਰ ਦਿੰਦੀ ਹੈਗੀ ਆ। ਉਹ ਰੇਸ਼ਾ ਵੀ ਉਦੋਂ ਹੀ ਬਣਨਾ ਜਦੋਂ ਸਾਡਾ ਡਾਈਜੈਸਟਿਵ ਸਿਸਟਮ ਠੀਕ ਨਹੀਂ ਹੋਊਗਾ, ਸਾਡਾ ਮੈਦਾ ਕਮਜ਼ੋਰ ਹੋਏਗਾ, ਉਦੋਂ ਇਹ ਪ੍ਰੋਬਲਮ ਜਿਹੜੀਆਂ ਆਉਂਦੀਆਂ ਹੈਗੀਆਂ। ਅਸੀਂ ਮੈਦੇ ਨੂੰ ਬਿਲਕੁਲ ਠੀਕ ਕਰ ਦਈਦਾ ਹੈਗਾ, ਜਿਹੜਾ ਰੇਸ਼ਾ ਬਣਦਾ ਉਹਦੇ ਲਈ ਸਪੈਸ਼ਲ ਟ੍ਰੀਟਮੈਂਟ ਦਿੰਦੇ ਹੈਗੇ ਆ, ਬਿਲਕੁਲ ਠੀਕ ਹੋ ਜਾਂਦੇ। ਅਤੇ ਦੂਜਾ ਸਾਡੇ ਤੋਂ ਹੈਗਾ ਅਸੀਂ ਰਬੜ ਨੀਤੀ ਕਰਾਉਂਦੇ ਹੈਗੇ ਹਾਂ, ਜੇ ਕੋਈ ਟ੍ਰੇਨਿੰਗ ਸਾਡੇ ਤੋਂ ਲੈਣਾ ਚਾਹੁੰਦੇ ਅਸੀਂ ਉਹਨਾਂ ਨੂੰ ਟ੍ਰੇਨਿੰਗ ਦੇਵਾਂਗੇ, ਉਹਦੇ ਵਿੱਚ ਰਬੜ ਨੀਤੀ ਕਰਾਉਂਦੇ ਹਾਂ, ਜਲ ਨੀਤੀ ਕਰਾਉਂਦੇ ਹੈਗੇ ਹਾਂ। ਜੋ ਉਹ ਜਲ ਨੀਤੀ ਕਰ ਲੈਂਦਾ ਹੈਗਾ, ਉਸ ਤੋਂ ਬਾਅਦ ਰਬੜ ਨੀਤੀ ਕਰ ਲੈਂਦਾ ਹੈਗਾ, ਉਹਦੇ ਨਾਲ ਸਾਈਨਸ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਜਾਂਦੀ, ਕੋਈ ਓਪਰੇਸ਼ਨ ਕਰਾਉਣ ਦੀ ਲੋੜ ਨਹੀਂ, ਨੱਕ ਦੀ ਚਾਹੇ ਹੱਡੀ ਵਧੀ ਹੋਵੇ ਚਾਹੇ ਮਾਸ ਵਧਿਆ ਹੋਵੇ ਬਿਲਕੁਲ ਠੀਕ ਹੋ ਜਾਏਗਾ। ਇਸ ਤਰ੍ਹਾਂ ਹੁੰਦਾ ਵੀ ਜਦੋਂ ਅੱਖਾਂ ਦੇ ਵਿੱਚ ਜੇ ਰੇਸ਼ਾ ਹੋਊਗਾ ਤਾਂ ਅੱਖਾਂ ਦੀ ਰੋਸ਼ਨੀ ਕਮਜ਼ੋਰ ਹੁੰਦੀ ਆ, ਕੰਨਾਂ ਵਿੱਚ ਹੋਊਗਾ ਤਾਂ ਉੱਚਾ ਸੁਣੇਗਾ, ਦੰਦਾਂ ਵਿੱਚ ਆਊਗਾ ਦੰਦ ਗਿਰਨੇ ਸ਼ੁਰੂ ਹੋ ਜੂਗੇ। ਇੱਕੋ ਜਿਹੜੀ ਰਬੜ ਨੀਤੀ ਹੈਗੀ ਉਹਦੇ ਨਾਲ ਅੱਖਾਂ ਦੀ ਰੋਸ਼ਨੀ ਵੀ ਠੀਕ ਹੋਣੀ ਸ਼ੁਰੂ ਹੋ ਜੂਗੀ, ਉੱਚਾ ਸੁਣਨਾ ਜਿਹੜਾ ਹੈਗਾ ਉਹ ਵੀ ਠੀਕ ਹੋ ਜਾਵੇਗਾ, ਤੁਹਾਨੂੰ ਵਧੀਆ ਸੁਣਨਾ ਸ਼ੁਰੂ ਹੋ ਜੂਗਾ, ਤਾਂ ਦੰਦ ਵੀ ਤੁਹਾਡੇ ਮਜ਼ਬੂਤ ਹੋਊਗੇ, ਯਾਨੀ ਕਿ ਜਿਹੜੇ ਗਲੇ ਤੋਂ ਉੱਪਰ ਉੱਪਰ ਜਿਹੜੀ ਵੀ ਪ੍ਰੋਬਲਮ ਹੈਗੀ ਆ ਬਿਲਕੁਲ ਠੀਕ ਹੋ ਜਾਏਗੀ। ਸੋ ਤੁਸੀਂ ਦੱਸਿਆ ਕਿ ਟਮੇਟਿਕ ਲੋਸ਼ਨ ਜਿਹੜਾ ਹੈ ਉਹ ਬਹੁਤ ਵਧੀਆ ਤਰੀਕੇ ਦੇ ਨਾਲ ਅਸਰ ਕਰਦਾ ਪੇਟ ਘਟਾਉਣ ਦੇ ਵਾਸਤੇ, ਕਿ ਇਹਦੇ ਨਾਲ ਮੈਡੀਸਨ ਖਾਣੀ ਵੀ ਜ਼ਰੂਰੀ ਹੈ ਕਿ ਇਕੱਲਾ ਲੋਸ਼ਨ ਲਗਾਉਣ ਦੇ ਨਾਲ ਬਹੁਤ ਜ਼ਿਆਦਾ ਅਸਰ ਜਿਹੜਾ ਦਿਖਾਈ ਦਿੰਦਾ? ਸੁਖਦੀਪ ਜੀ, ਅਸੀਂ ਦੇਖਿਆ ਵੀ ਬਹੁਤ ਜਦੋਂ ਅਸੀਂ ਲੋਸ਼ਨ ਦੇ ਸਾਡਾ ਨਾ ਇੰਸਟਾ 'ਤੇ ਰੀਲਸ ਚੱਲਦੀਆਂ ਹੈਗੀਆਂ, ਲੋਕ ਦੇਖ ਕੇ ਅਪਰੋਚ ਕਰਦੇ ਆ, ਕਹਿੰਦੇ ਸਾਡਾ ਭਾਰ ਤਾਂ ਠੀਕ ਹੈਗਾ, ਅਸੀਂ ਸਿਰਫ ਪੇਟ ਹੀ ਘਟਾਉਣਾ ਹੈਗਾ, ਸਾਨੂੰ ਇਕੱਲਾ ਲੋਸ਼ਨ ਦੇ ਦਿਓ। ਫਿਰ ਅਸੀਂ ਜਦੋਂ ਪੁੱਛੀਦਾ ਵੀ ਤੁਹਾਡਾ ਭਾਰ ਕਿੰਨਾ ਆ, ਤੁਹਾਡੀ ਹਾਈਟ ਕਿੰਨੀ, ਤੁਹਾਡੀ ਏਜ ਕਿੰਨੀ ਆ, ਕਈ ਲੋਕਾਂ ਨੂੰ 75 ਕਿਲੋ ਭਾਰ ਚਾਹੀਦਾ, ਉਹਨਾਂ ਦਾ 100 ਕਿਲੋ ਹੁੰਦਾ ਆ, ਤਾਂ ਉਹ ਲੋਸ਼ਨ ਨਾਲ ਥੋੜ੍ਹੀ ਗੱਲ ਬਣੇਗੀ। ਜੇ ਫੈਟ ਜ਼ਿਆਦਾ ਤਾਂ ਹੀ ਪੇਟ ਵਧਿਆ ਹੋਇਆ ਨਾ, ਉਹ ਫੈਟ ਜਿੰਨੇ ਚਿਰ ਘਟੇਗੀ ਨਹੀਂ ਪੇਟ ਨੇ ਨਹੀਂ ਘਟਣਾ ਹੈਗਾ। ਇਸ ਕਰਕੇ ਜੋ ਵੀ ਬੰਦੇ ਦੇ ਹਾਲਾਤ ਆ ਉਹਨਾਂ ਦੇ ਮੱਦੇਨਜ਼ਰ ਜਿਸ ਚੀਜ਼ ਦੀ ਜ਼ਰੂਰਤ ਅਸੀਂ ਉਹ ਦਿੰਦੇ ਹੈਗੇ ਹਾਂ, ਕਿਸੇ ਦੇ ਕਹਿਣ ਦੇ ਨਹੀਂ ਵੀ ਸਾਨੂੰ ਇਕੱਲਾ ਲੋਸ਼ਨ ਦੇ ਦਿਓ, ਤਾਂ ਉਹਦੇ ਨਾਲ ਉਹਨਾਂ ਨੂੰ ਨਹੀਂ ਫਰਕ ਪੈਣਾ ਹੈਗਾ, ਉਹਨਾਂ ਦੇ ਪੈਸੇ ਵੇਸਟ ਜਾਣਗੇ, ਜਿਸ ਚੀਜ਼ ਨਾਲ ਫਰਕ ਪਏਗਾ ਅਸੀਂ ਉਹੀ ਦੇਵਾਂਗੇ ਨਾ। ਇਸ ਕਰਕੇ ਜੇ ਤੁਸੀਂ ਆਪਣਾ ਪੇਟ ਘਟਾਉਣਾ ਚਾਹੁੰਦੇ ਹੈਗੇ ਆ, ਕਈਆਂ ਦੇ ਪੇਟ 'ਤੇ ਟਾਇਰ ਬਣਿਆ ਹੁੰਦਾ ਹੈਗਾ, ਉਹ ਟਾਇਰ ਬਿਲਕੁਲ ਖਤਮ ਹੋ ਜੂਗਾ, ਪੇਟ ਜਿਹੜਾ ਫਲੈਟ ਹੋ ਜੂਗਾ, ਜਿਹੜੀ ਸੈਲੋਲਾਈਟ ਦੀ ਪ੍ਰੋਬਲਮ ਉਹ ਠੀਕ ਹੋ ਜਾਏਗੀ, ਔਰ ਤੁਸੀਂ ਆਪਣੇ ਆਪ ਨੂੰ ਜਿੱਦਾਂ ਦੇ ਵੀ ਬਣਾਉਣਾ ਚਾਹੁੰਦੇ ਹੈਗੇ ਆ, ਮਾਡਰਨ ਦਿਖਣਾ ਚਾਹੁੰਦੇ ਹੈਗੇ ਆ, ਸੋਹਣੇ ਦਿਖਣਾ ਚਾਹੁੰਦੇ ਹੈਗੇ, ਪਤਲੇ ਦਿਖਣਾ ਚਾਹੁੰਦੇ ਹੈਗੇ ਆ, ਉਹ ਬਿਲਕੁਲ ਹੋ ਜਾਓਗੇ, ਕੋਈ ਵੱਡੀ ਗੱਲ ਨਹੀਂ ਹੈਗੀ। ਅਸੀਂ ਆਪਣੇ ਆਪ ਨੂੰ ਰੀਸ਼ੇਪ ਕਰ ਸਕਦੇ, ਸਾਡਾ ਇਮਿਊਨ ਸਿਸਟਮ ਹੈਗਾ ਆ, ਜੇ ਸਾਡਾ ਭਾਰ ਵੱਧ ਸਕਦਾ ਆ ਅਤੇ ਘੱਟ ਵੀ ਸਕਦਾ ਹੈਗਾ, ਜੇ ਅਸੀਂ ਮੋਟੇ ਹੋ ਗਏ ਹਾਂ ਤਾਂ ਅਸੀਂ ਪਤਲੇ ਵੀ ਹੋ ਸਕਦੇ ਹਾਂ, ਅਸੀਂ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਮੈਂ ਦੇਖਿਆ ਵੀ ਜੈਂਟਸ ਕੁਛ ਇੱਕ ਹੁੰਦੇ ਆ, ਪਰ ਜ਼ਿਆਦਾ ਜਿਹੜੀਆਂ ਔਰਤਾਂ ਹੁੰਦੀਆਂ ਨਾ, ਉਹ ਕਹਿੰਦੇ ਅਸੀਂ ਤਾਂ ਭੁੱਖੇ ਰਹਿ ਕੇ ਭਾਰ ਘਟਾ ਲੈਣਾ ਹੈਗਾ, ਉਹ ਕੋਸ਼ਿਸ਼ ਵੀ ਕਰਦੀਆਂ ਹੈਗੀਆਂ ਭੁੱਖੇ ਰਹਿਣ ਦੀਆਂ, ਕਈ ਵਾਰੀ ਉਹ ਚੱਕਰ ਖਾ ਕੇ ਜਦੋਂ ਡਿੱਗ ਜਾਂਦੀਆਂ ਹੈਗੀਆਂ, ਜਦੋਂ ਉਹਨਾਂ ਕੋਲ ਕੰਮ ਨਹੀਂ ਹੁੰਦਾ ਹੈਗਾ, ਐਨਰਜੀ ਲੈਵਲ ਡਾਊਨ ਹੋ ਜਾਂਦਾ ਹੈਗਾ, ਪਤਲੀਆਂ ਫਿਰ ਵੀ ਨਹੀਂ ਹੁੰਦੀਆਂ ਹੈਗੀਆਂ। ਭੁੱਖੇ ਰਹਿ ਕੇ ਕਦੀ ਵੀ ਬੰਦਾ ਪਤਲੇ ਨਹੀਂ ਹੁੰਦਾ, ਜਦੋਂ ਬੰਦਾ ਭੁੱਖਿਆ ਰਹਿੰਦਾ ਹੈਗਾ ਨਾ, ਉਦੋਂ ਮੈਟਾਬੋਲਿਕ ਜਿਹੜਾ ਰੇਟ ਉਹ ਸਲੋ ਹੋ ਜਾਂਦਾ ਹੈਗਾ, ਉਹਦੇ ਨਾਲ ਕੀ ਹੁੰਦਾ ਹੈਗਾ ਵੀ ਸਾਡੀ ਜਿਹੜੀ ਬੋਡੀ ਦੀ ਐਨਰਜੀ ਹੈਗੀ ਆ ਨਾ ਉਹ ਘੱਟ ਜਾਂਦੀ ਹੈਗੀ ਆ, ਬੋਡੀ ਸਾਡੀ ਡਰ ਜਾਂਦੀ, ਬੜੀ ਸੈਂਸਿਟਿਵ ਹੈਗੀ ਆ, ਉਹ ਕਹਿੰਦੀ ਪਤਾ ਨਹੀਂ ਮੇਰੇ 'ਤੇ ਕਿਹੜੀ ਮੁਸੀਬਤ ਆ ਗਈ, ਉਲਟਾ ਫੈਟ ਨੂੰ ਸਟੋਰ ਕਰਨਾ ਸ਼ੁਰੂ ਕਰ ਦਿੰਦੀ ਹੈਗੀ ਆ। ਇਸ ਕਰਕੇ ਭੁੱਖੇ ਰਹਿ ਕੇ ਭਾਰ ਨਹੀਂ ਘਟਣਾ ਹੈਗਾ, ਅਸੀਂ ਕਹਿੰਦੇ ਡੋਂਟ ਈਟ ਲੈਸ ਈਟ ਰਾਈਟ, ਸਹੀ ਖਾਣਾ ਆ, ਸਹੀ ਖਾਣ ਨਾਲ ਹੀ ਭਾਰ ਤੁਹਾਡਾ ਘਟਣਾ ਆ, ਜੇ ਤੁਸੀਂ ਸਹੀ ਖਾਓਗੇ ਤੁਹਾਡਾ ਮੈਟਾਬੋਲਿਜ਼ਮ ਫਾਸਟ ਰਹੇਗਾ, ਤੁਹਾਡਾ ਭਾਰ ਜਿਹੜਾ ਘਟਣਾ ਸ਼ੁਰੂ ਹੋ ਜੂਗਾ, ਜੋ ਤੁਸੀਂ ਖਾਂਦੇ ਤੁਹਾਡੀ ਬੋਡੀ ਦੀ ਐਨਰਜੀ ਵਿੱਚ ਕਨਵਰਟ ਹੋ ਜਾਏਗਾ।
ਸੋ ਅੱਜ ਅਸੀਂ ਗੱਲਬਾਤ ਕੀਤੀ ਹੈ ਮੋਟਾਪੇ ਦੀ। ਸੋ ਮੋਟਾਪਾ ਕਿਵੇਂ ਘਟਾ ਸਕਦੇ ਹਾਂ, ਭਾਰ ਕਿਵੇਂ ਵਧਾ ਸਕਦੇ ਹਾਂ, ਆਪਣੇ ਆਪ ਨੂੰ ਕਿੱਦਾਂ ਤੁਸੀਂ ਵਧੀਆ ਬਣਾ ਸਕਦੇ ਹੋ ਅਤੇ ਸੋਹਣੇ ਸੋਹਣੇ ਕੱਪੜੇ ਪਾ ਕੇ ਕਿਵੇਂ ਆਪਣੇ ਆਪ ਨੂੰ ਜਚਾ ਸਕਦੇ ਹੋ। ਸੋ ਸਾਰੀਆਂ ਚੀਜ਼ਾਂ ਨੂੰ ਤੁਸੀਂ ਉਸੇ ਤਰੀਕੇ ਦੇ ਨਾਲ ਫੋਲੋ ਕਰਨਾ ਹੈ ਜਿਵੇਂ ਤੁਹਾਨੂੰ ਡਾਇਟ ਪਲਾਨ ਦਿੱਤਾ ਜਾਂਦਾ ਹੈ, ਜੋ ਵੀ ਤੁਹਾਨੂੰ ਸੁਜੈਸਟ ਕੀਤਾ ਜਾਂਦਾ ਹੈ। ਜੇਕਰ ਤੁਸੀਂ ਇਹ ਨਹੀਂ ਕਰਦੇ ਨਾ, ਤੁਸੀਂ ਆਪਣਾ ਹੀ ਨੁਕਸਾਨ ਕਰ ਰਹੇ ਹੋ। ਸੋ ਆਪਣਾ ਨੁਕਸਾਨ ਨਹੀਂ ਕਰਨਾ, ਦਿੱਤੇ ਹੋਏ ਸੁਝਾਅ ਦੇ ਅਕੋਰਡਿੰਗਲੀ ਚੱਲਣਾ ਹੈ। ਸੋ ਇਸੇ ਦਾ ਨਾਲ ਮੈਨੂੰ ਦਿਓ ਇਜਾਜ਼ਤ।